ਸਤਿ ਸ਼੍ਰੀ ਅਕਾਲ ਅਸਲਾਮ ਵਾਲੇਕਮ ਨਮਸਕਾਰ ਦੋਸਤੋ ਦੋਸਤੋ ਮੈਂ ਮੌਲੀ ਪ੍ਰਾਪਰਟੀ ਸਰਚ ਚੈਨਲ ਤੋਂ ਗੁਰਮਨ ਬੋਲ ਰਿਹਾ ਆ ਅੱਜ ਤੁਹਾਡੇ ਵਾਸਤੇ 150 ਗਜ ਦਾ 플ੌਟ ਲੈ ਕੇ ਆਇਆ ਸਭ ਤੋਂ ਅੱਛੀ ਗੱਲ ਹੈ ਕਿ ਟੱਚਿੰਗ ਪਾਰਕ ਆ ਜਾਂਦਾ ਹੈ ਜਿਹੜਾ ਮੈਂ 플ੌਟ ਦਿਖਾ ਰਿਹਾ ਫੇਸਿੰਗ ਪਾਰਕ ਨਹੀਂ ਹੈ ਇਸ ਕੋਠੀਆ ਦੀ ਬੈਕ ਤੇ ਤਾਂ ਪਹਿਲੀ ਗੱਲ 에어ਪੋਰਟ ਰੋਡ ਹੈ ਆ ਜੋਗਿੰਗ ਟਰੈਕ ਬਣਿਆ ਹੋਇਆ ਦੋਸਤੋ ਝੁੱਲੇ ਵੀ ਲੱਗੇ ਹੋਏ ਆ ਬੈਂਚੇਸ ਵੀ ਲੱਗੇ ਹੋਏ ਆ ਹੁਣ ਜਿਹੜਾ ਮੈਂ 플ੌਟ ਦਿਖਾ ਰਿਹਾ ਉਹਦੀ ਖਾਸੀਅਤ ਇਹ ਹੈ ਕਿ ਦੋਸਤੋ ਇਸ ਲਾਈਨ ਦੇ ਵਿੱਚ ਗਿਨ ਕੇ ਸਿਰਫ 6 ਕਾਰ ਆਂਦੇ ਆ ਆਲਮ ਔਰ ਇਹ ਪੂਰੀ ਲਾਈਨ ਜਿਹੜੀ ਹੈਗੀ ਸਾਈਡ ਬਾਈ ਗਾਰਡਨ ਹੈ ਔਰ ਸੜਕਾ ਕਾਫੀ ਖੁੱਲੀ ਹੈਗੀ ਹੈ ਔਰ ਅੰਡਰਗਰਾਉਂਡ ਵਾਇਰਿੰਗ ਹੈ ਸਟੀਲ ਲਾਈਟ ਵੀ ਸਾਰੀ ਅੰਡਰਗਰਾਉਂਡ ਹੈਗੀ ਹੈ ਲੁੱਕ ਵਾਲੀ ਸੜਕ ਪਈ ہوئی ਹੈ ਦੋਸਤੋ ਬੇਸਿਕ ਨੀਡਸ ਇੱਥੇ ਜ਼ਿਰਖਪੁਰ ਬਿਲਕੁਲ ਨਾਲ ਲੱਗਦਾ ਹੈ ਚੰਡੀਗੜ੍ਹ ਵੀ ਬਿਲਕੁਲ ਨਾਲ ਹੈ ਕਨੈਕਟੀਵਿਟੀ ਯੂਨੀਵਰਸਿਟੀਆਂ ਦੀ ਵੀ ਕਨੈਕਟੀਵਿਟੀ ਜਿਹੜੀ ਹੈਗੀ ਬਿਲਕੁਲ ਨਾਲ ਹੈ ਤੇ ਦੋਸਤੋ ਲਾਂਡਰ ਰੋਡ ਵੀ ਬਿਲਕੁਲ ਨਜ਼ਦੀਕ ਪੈਂਦੀ ਹੈ ਆ ਪ੍ਰਾਈਮ ਲੋਕੇਸ਼ਨ ਦੇ ਵਿੱਚ ਇਹ 플ੌਟ ਹੈਗਾ ਦੋਸਤੋ ਇਸ ਲਾਈਨ ਦੇ ਵਿੱਚ 플ੌਟ ਮਿਲ ਜਾਏਗਾ ਗਿਨ ਕੇ 6 ਕਾਰ ਹੈਗੇ ਦੋਸਤੋ ਔਰ ਜਿੱਥੇ ਆ ਕਾਰ ਖੜੀ ਹੈ ਆ ਵਾਲੀ ਲੋਕੇਸ਼ਨ ਆ ਜਾਂਦੀ ਹੈ ਔਰ ਦੋਸਤੋ ਇਸ ਲਾਈਨ ਦੇ ਵਿੱਚ ਮੈਂ 플ੌਟ ਦੇ ਦਾਂਗਾ ਔਰ ਆ ਟੱਚਿੰਗ ਪਾਰਕ ਆ ਜਾਂਦਾ ਹੈ ਰੀਜ਼ਨੇਬਲ ਪ੍ਰਾਈਸ ਤੇ ਹੈ 150 ਗਜ ਦਾ 플ੌਟ ਹੈਗਾ ਦੋਸਤੋ ਦੋਸਤੋ ਅਗਰ ਇਹਦਾ ਸਾਈਜ਼ ਜਿਹੜਾ ਮੈਂ ਦੱਸਿਆ ਸਾਰੇ 150 ਗਜ ਦੀ ਜਿਹੜੀ ਹੈਗੀ ਇਨਵੈਂਟਰੀ ਪ੍ਰੋਪਰ ਰੈਸ਼ ਹੈਗੀ ਹੈ ਔਰ ਇਹਦਾ ਸਾਈਜ਼ ਆਏਗਾ 25/60 25/60 ਸਾਈਜ਼ ਹੈਗਾ ਔਰ ਬਹੁਤ ਹੀ ਅੱਛੀ ਲੋਕੇਸ਼ਨ ਦੇ ਵਿੱਚ ਇਹ 플ੌਟ ਅਵੇਲੇਬਲ ਹੈ ਦੋਸਤੋ ਜੇਕਰ ਆਪਣੇ ਵਾਸਤੇ ਰਹਿਣ ਵਾਸਤੇ ਪਲਾਟ ਦੇਖ ਰਹੇ ਹੋ ਰੀਜ਼ਨੇਬਲ ਪ੍ਰਾਈਸ ਤੇ ਆਈ ਬਲਾਕ ਦੇ ਵਿੱਚ ਤਾਂ ਮੈਨੂੰ ਜਰੂਰ ਕਾਲ ਕਰਿਓ ਮੇਰੇ ਕੋਲ ਐਰੋ ਸਿਟੀ ਆਈਟੀ ਸਿਟੀ 682 83A ਐਮ ਆਰ ਵੇਵਜ਼ ਦੇ ਵਿੱਚ ਵੀ ਪਲਾਟਸ ਅਵੇਲੇਬਲ ਹੈ ਤੇ ਇਸ ਲਾਈਨ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਮੈਂ ਪਲਾਟ ਦੇ ਦਾਂਗਾ ਦੋਸਤੋ ਆਪਾਂ ਫੇਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਧੰਨਵਾਦ ਜੀ